ਠੰਡ ਦੀਆਂ ਰਾਣੀਆਂ ਪਾਉਂਦੀਆਂ ਕਹਾਣੀਆਂ ਆਪਾਂ ਤਾਂ ਬਣਾਈ ਆ ਆਜੋ ਜੀ ਨੇ ਖਾਣੀਆਂ ਹਨਾ ਆਪਾਂ ਤਾਂ ਬਣਾਉਣ ਲੱਗੇ ਆ ਜੀ ਆਜੋ ਜੀ ਨੇ ਜਿਹਨੇ ਖਾਣਿਆ ਸਮਾਨ ਇਹ ਤੇ ਪਤਾ ਕੀ ਆ ਸਵੇਰੇ ਦਿਨ ਚੜ੍ਹਦੇ ਨਾਲ ਆਪਾਂ ਨੂੰ ਇਹ ਖਿਆਲ ਆਉਣ ਲੱਗ ਜਾਂਦੇ ਵੀ ਅੱਜ ਆਪਾਂ ਕੀ ਬਣਾਈਏ ਤੇ ਕੀ ਖਾਈਏ ਹਨਾ ਤੇ ਮੈਂ ਕਹਿੰਦੀ ਸੋਚੀ ਪੈ ਜਾਈਦਾ ਪਹਿਲਾ ਤਾਂ ਸਵੇਰੇ ਸਵੇਰੇ ਚਾਹ ਪੀਂਦੇ ਹੀ ਸੋਚੀ ਚਾਈਦਾ ਵੀ ਅੱਜ ਕੀ ਬਣਾਵਾਂਗੇ ਤੇ ਕੀ ਖਾਵਾਂਗੇ ਹਨਾ ਕਿਉਂਕਿ ਪੇਟ ਦੀ ਖਾਤਰੀ ਬੰਦਾ ਸਾਰਾ ਦਿਨ ਤੁਰਿਆ ਫਿਰਦਾ ਇਹਦੀ ਖਾਤਰ ਆਪਾਂ ਕੰਮ ਧੰਦੇ ਕਰਦੇ ਆ ਜੇ ਪੇਟ ਨਾ ਲੱਗਿਆ ਹੋਵੇ ਮੈਨੂੰ ਲੱਗਦਾ ਕੋਈ ਲੋੜ ਹੀ ਨਹੀਂ ਕੰਮ ਕਰਨ ਦੀ ਸ਼ਾਇਦ ਹਨਾ ਜਿੱਥੋਂ ਤੱਕ ਮੇਰਾ ਵਿਚਾਰ ਹੈ ਬਾਕੀ ਤੁਸੀਂ ਵਿਚਾਰ ਪ੍ਰਗਟ ਕਰਦੇ ਹੋ ਆਪੋ ਆਪਣੇ ਪੇਟ ਨਾ ਹੋਵੇ ਤਾਂ ਬੰਦਾ ਭਾਈਦਾ ਨਹੀਂ ਹੈਗਾ ਹਨਾ ਸਾਡੇ ਇੱਕ ਮਾਂ ਜੀ ਸੀਗੇ ਉਹ ਕਹਿੰਦੇ ਦੀ ਜਾ ਵੱਡੀ ਦਾ ਢਿੱਡ ਲੱਗਿਆ ਵੇ ਜੇ ਢਿੱਡ ਨਾ ਲੱਗਿਆ ਹੁੰਦਾ ਤਾਂ ਕੋਈ ਕੰਮ ਕਰਨ ਦੀ ਲੋੜ ਨਹੀਂ ਸੀਗੀ ਤੇ ਅਸੀਂ ਅਸਰ ਲੱਗ ਜਾਂਦੀਆਂ ਅਸੀਂ ਕਹਿੰਦੀਆਂ ਮਾਂ ਦੇ ਗੱਲਾਂ ਵਧੀਆ ਨੇ ਹਨਾ ਤੇ ਉਹ ਆਈ ਕਹਿੰਦੇ ਜਾ ਵੱਡੀ ਦਾ ਢਿੱਡ ਲੱਗਿਆ ਹੋਇਆ ਤੇ ਉਹ ਭਾਈ ਢਿੱਡ ਦੇ ਮਾਰਿਆਂ ਨੂੰ ਆਪਾਂ ਨੂੰ ਸਾਰਾ ਕੁਝ ਕਰਨਾ ਪੈਂਦਾ ਹੈਗਾ ਹਨਾ ਤੇ ਮੈਂ ਵੀ ਅੱਜ ਮੈਂ ਕਹਿੰਦੀ ਸੀ ਕਿ ਸਾਰਿਆਂ ਨੂੰ ਪੁੱਛਿਆ ਮੈਂ ਕਿਹਾ ਵੀ ਕੀ ਖਾਣਾ ਤੁਸੀਂ ਕੀ ਪੀਣਾ ਕਹਿੰਦੇ ਜਿਹੜਾ ਕੁਝ ਮਰਜ਼ੀ ਬਣਾ ਲੈ ਫਿਰ ਮੈਂ ਕਿਹਾ ਚੱਲ ਠੀਕ ਹੈ ਆਪਾਂ ਫਿਰ ਆਪਦੀ ਮਰਜ਼ੀ ਦੇ ਲਿਆਏ ਸੀਗੇ ਪਾਲਕ ਮੇਥੀ ਤੇ ਆਲੂ ਵਗੈਰਾ ਤੇ ਮੇਥੀ ਮੁੱਥੀ ਲਈ ਆਪਾਂ ਛਾਂਟ ਤੇ ਹੁਣ ਇਹਨੂੰ ਵਧੀਆ ਬਣਾ ਕੇ ਮੇਥੀ ਨੂੰ ਤੇ ਆਪਾਂ ਡੋਂਗੇ ਚ ਪਾ ਲਿਆ ਜੀ ਤੇ ਪਾਲਕ ਤੇ ਇਹਨੂੰ ਹੁਣ ਆਪਾਂ ਕੱਟਾ ਵੱਡੀ ਕਰ ਲਾਂਗੇ ਹਨ ਤੇ ਫਿਰ ਮੈਂ ਕਿਹਾ ਜੇ ਨਾ ਪੁੱਛੀਗੇ ਫਿਰ ਕਹਿੰਦੇ ਸਾਨੂੰ ਪੁੱਛ ਕੇ ਨਹੀਂ ਬਣਾਇਆ ਜੇ ਪੁੱਛ ਲਈਏ ਬਾੜੀ ਤਵੱਜਾ ਦੇ ਸੀ ਕਿ ਫਿਰ ਕਹਿੰਦੇ ਨਹੀਂ ਜਿਹੜਾ ਕੁਛ ਮਰਜ਼ੀ ਬਣਾ ਲਾ ਜੋ ਕੁਛ ਮਰਜ਼ੀ ਬਣਾ ਲਾ ਤੇ ਜਦੋਂ ਮਰਜ਼ੀ ਵਰਤ ਲਈਦੀ ਐ ਵੀ ਬਣਾ ਲਿਆ ਆਪਣੀ ਮਰਜ਼ੀ ਨਾਲ ਫਿਰ ਨੱਕ ਜਾ ਘਮਾਈ ਜਾਣਗੇ ਨਖਰੇ ਕਰੀ ਜਾਣਗੇ ਅਸੀਂ ਆ ਨਹੀਂ ਖਾਣਾ ਅਸੀਂ ਜਵਾਕ ਹੀ ਜ਼ਿਆਦਾ ਕਰਦੇ ਨੇ ਹਨ ਅਸੀਂ ਆ ਨਹੀਂ ਖਾਣਾ ਸੀ ਅਸੀਂ ਉਹ ਨਹੀਂ ਪੀਣਾ ਸੀਗਾ ਫਿਰ ਕਹਿਦੇ ਭਾਈ ਬਣ ਗਿਆ ਫਿਰ ਮੈਂ ਕਿ ਇਸ ਤੋਂ ਬਿਹਤਰ ਇਹੀ ਹੈ ਵੀ ਆਪਣੇ ਪੁੱਛੋ ਹੀ ਨਾ ਚੁੱਪ ਕਰਕੇ ਆਪਣੇ ਚੱਕੋ ਤੇ ਆਪਣੇ ਬਣਾ ਲਓ ਹਨਾ ਆਪਾਂ ਕਰ ਲਈ ਜੀ ਤਿਆਰੀ ਸਵੇਰੇ ਸਵੇਰੇ ਠੰਡ ਦਾ ਮੌਸਮ じゃ ਸੀਗਾ ਕਿਉਂਕਿ ਇਹ ਠੰਡ ਵਾਲੀਆਂ ਸਬਜ਼ੀਆਂ ਨੇ ਸ਼ੁਰੂਆਤੀ ਹੋ ਗਈ ਠੰਡ ਦੀ ਠੰਡ ਦੀ ਸ਼ੁਰੂਆਤ ਹੋ ਗਈ ਜੀ ਤੇ ਹੁਣ ਇਹਦੀਆਂ ਕਹਾਣੀਆਂ ਪੈਣ ਲੱਗ ਗਈਆਂ ਘਰ ਘਰ ਮੇਥੀ ਪਾਲਕ ਹੋਊਗਾ ਘਰ ਘਰ ਸਰੋਂ ਦਾ ਸਾਗ ਹੋਊਗਾ ਤੁਹਾਨੂੰ ਵੀ ਪਤਾ ਹੀ ਆ ਹੁਣ ਇਹਦੀਆਂ ਕਹਾਣੀਆਂ ਚੱਲ ਪਣ ਗਈਆਂ ਜੀ ਠੰਡ ਵਾਲੀਆਂ ਹਨਾ ਇਹ ਤਾ ਕਰਕੇ ਇਹਨਾਂ ਨੂੰ ਕਹਿੰਦੇ ਨੇ ਠੰਡ ਦੀਆਂ ਰਾਣੀਆਂ ਮੇਥੀ ਹੋਈ ਪਾਲਕ ਹੋਈ ਹਨ ਆ ਦੇਖੋ ਜੀ ਆਪਾਂ ਕੱਟ ਕੇ ਤੇ ਹੁਣ ਇਹਨੂੰ ਡੋਂਗੇ ਚ ਪਾ ਲਿਆ ਇਹਦੇ ਵਿੱਚ ਆਪਾਂ ਹੁਣ ਲਵਾਵਾਂਗੇ ਧੋ ਇਹਨੂੰ ਚੰਗੀ ਤਰ੍ਹਾਂ ਤੇ ਹੁਣ ਆਪਾਂ ਦੂਜਾ ਮਸਾਲਾ ਤਿਆਰ ਕਰ ਲੈਨੇ ਜਿਹੜਾ ਇਹਦੇ ਵਿੱਚ ਪਊਗਾ ਕਿਉਂਕਿ ਇਹ ਨਾ ਮੈਂ ਤੁਹਾਨੂੰ ਦੱਸੂਗੀ ਵੀ ਮੇਥੀ ਤੇ ਪਾਲਕ ਇਕੱਠੇ ਕਿਉਂ ਬਣਾਏ ਜਾਂਦੇ ਨੇ ਕੱਲਾ ਮੇਥੀ ਤੇ ਆਲੂ ਦੀ ਭੁਰਜੀ ਵੀ ਬਣ ਜਾਂਦੀ ਹੈਗੀ ਹੈ ਜੀ ਤੇ ਪਰ ਮੈਂ ਮੇਥੇ ਤੇ ਪਾਲਕ ਜ਼ਰੂਰ ਪਾਉਣੀ ਹੈ ਵਿੱਚ ਉਹਦਾ ਕੀ ਰੀਜਨ ਹੈ ਉਹਦਾ ਕੀ ਮਹੱਤਵ ਹੈ ਇਹਦੇ ਵਿੱਚ ਪਾਉਣ ਦਾ ਉਹ ਮੈਂ ਤੁਹਾਨੂੰ ਸਾਰਾ ਦੱਸੂਗੀ ਆ ਦੇਖੋ ਤੁਸੀਂ ਆਪਾਂ ਕੱਟ ਲਿਆ ਜੀ ਪਿਆਜ਼ ਪਿਆਜ਼ ਕੱਟ ਕੇ ਤੇ ਆਪਾਂ ਇਹਨਾਂ ਦੇ ਕਰ ਦੇਣੇ ਆ ਜੀ ਟੋਟੇ ਵੱਡਾ ਟੁਕੀ ਇਹਨਾਂ ਦੀ ਕਰ ਦੇਣੀ ਹੈਗੀ ਆ ਫਟਾਫਟ ਚੀਰਾ ਫਾੜੀ ਵਿਚਾਰਿਆਂ ਦੀ ਕਰਕੇ ਤੇ ਬਾਟੀ ਭਰ ਲੈਣੀ ਹੈਗੀ ਹੈ ਠੀਕ ਆ ਜੀ ਤੇ ਆਲੂ ਵੀ ਪਏ ਨੇ ਤੇ ਆਲੂ ਵੀ ਆਪਾਂ ਇਹਨਾਂ ਨੂੰ ਵੀ ਪਿੱਛੇ ਨਹੀਂ ਛੱਡਣਾ ਕਿਉਂਕਿ ਇਹਨਾਂ ਦਾ ਰੁਸਾ ਰਸਾਈ ਵੀ ਬਾਲੀ ਹੋ ਜਾਂਦੀ ਹੈ ਵੀ ਉਹਦੀ ਕਦਰ ਜ਼ਿਆਦੇ ਪਾਤੀ ਉਹਨੂੰ ਤਾਂ ਬਾਟੀ ਚ ਪਾਤਾ ਤੇ ਮੈਂ ਹਜੇ ਇੱਥੇ ਰੁੜਦਾ ਫਿਰਦਾ ਹੈਗਾ ਆਪਾਂ ਰੁੜਨ ਨਹੀਂ ਦੇਣੇ ਹੈਗੇ ਆਪਾਂ ਇਹਨਾਂ ਨੂੰ ਤਿਆਰ ਕਰਕੇ ਨਾ ਪਿਆਜ਼ਾਂ ਨੂੰ ਤੇ ਆਪਾਂ ਆਲੂਆਂ ਨੂੰ ਤਿਆਰ ਕਰ ਲੈਣਾ ਹੈਗਾ ਜੀ ਤੇ ਆਲੂ ਵੀ ਚੱਕਣੇ ਆ ਤੇ ਚੱਕ ਕੇ ਇਹਨੂੰ ਵੀ ਕਿਸੇ ਬਾਟੀ ਦੇ ਵਿੱਚ ਪਾ ਦੇਣਾ ਆਹ ਲੋ ਜੀ ਇੱਕ ਪਿਆਜ਼ ਆਪਾਂ ਕੱਟ ਲਿਆ ਤੇ ਇੱਕ ਆਪਾਂ ਦੂਜਾ ਵੀ ਕੱਟ ਲਾਂਗੇ ਜਾਦੇ ਛੋਟੇ ਨਹੀਂ ਮੈਂ ਕੀਤੇ ਕਿਉਂਕਿ ਪੁਰਜੀ ਚੀ ਪਾਉਣੇ ਆ ਥੋੜੇ ਜੇ ਵੱਡੇ ਚੱਲ ਜਾਂਦੇ ਹੁੰਦੇ ਨੇ ਆਪਾਂ ਕਿਹੜਾ ਕੋਈ ਮਸਤਰੀ ਵਾਲੀ ਸਬਜ਼ੀ ਬਣਾਉਣੀ ਆ ਵੀ ਇਹ ਉੱਤੇ ਜੇ ਤੁਰੇ ਫਿਰਦੇ ਪਹਿੜੇ ਲੱਗਣਗੇ ਹਨਾ ਥੋੜੇ ਜੇ ਵੱਧ ਹੀ ਕਰ ਲਿਆ ਕੰਮ ਤੇ ਆਪਾਂ ਆਲੂ ਵੀ ਲਏ ਜੀ ਛਿੱਲ ਛਿੱਲ ਕੇ ਆਲੂ ਤੇ ਆਪਾਂ ਲੋ ਜੀ ਪਾ ਲੈ ਪਲੇਟ ਦੇ ਵਿੱਚ ਲਾਲ ਆਲੂ ਨੇ ਜੀ ਇਹ ਚਿੱਟੇ ਨਹੀਂ ਮੈਂ ਲਈ ਚਿੱਟੇ ਮੈਨੂੰ ਸਵਾਦ ਨਹੀਂ ਲੱਗਦੇ ਹੈਗੇ ਇਹਨਾਂ ਨਾਲ ਕਰਾਰੀ ਬਣੂਗੀ ਪੁਰਜੀ ਤੇ ਆਪਾਂ ਰੱਖ ਲਈ ਜੀ ਕੜਾਹੀ ਤੇ ਕੜਾਹੀ ਦੇ ਵਿੱਚ ਹੁਣ ਪਾ ਲੈਣਾ ਜੀ ਆਪਾਂ ਨਾਰੀਅਲ ਦਾ ਤੇਲ ਮੈਂ ਜ਼ਿਆਦਾਤਰ ਨਾਰੀਅਲ ਦਾ ਤੇਲ ਵਰਤਦੀ ਆ ਪਾ ਵੀ ਲੈਣੀ ਆ ਕੋਈ ਐਸੀ ਗੱਲ ਨਹੀਂ ਹੈਗੀ ਜੀ ਪਾ ਲੈਣੀ ਆ ਪਰ ਮੈਂ ਜਿਆਦੇ ਨਾਰੀਗਲ ਦਾ ਹੀ ਪਾ ਕੇ ਰਾਜੀ ਆਂ ਨਾਰੀਗਲ ਦਾ ਤੇਲ ਪਾਲਿਆ ਜੀ ਤੇਲ ਪਾ ਕੇ ਆਪਾਂ ਹੁਣ ਇਹਨੂੰ ਗਰਮ ਰੱਖਤਾ ਮੈਂ ਕਹਿਆ ਇਹਨੂੰ ਥੋੜਾ ਜਿਹਾ ਹੋਣ ਦਿਓ ਗਰਮ ਜਿਹਦੇ ਵਿੱਚ ਕੀ ਆਪਾਂ ਜੀਰਾ ਜੂਰਾ ਤੜਕਾ ਦੇਣਾ ਮੈਂ ਕਹਿੰਨੀ ਆਏ ਫਿਰ ਫਿਰੂਗਾ ਬੁਰਕਾ ਦਾ ਦੇ ਵਿੱਚ ਜੀਰਾ ਆ ਲੋ ਜੀ ਜੀਰਾ ਵਿੱਚ ਪੈ ਗਿਆ ਤੇ ਜੀਰਾ ਜੀ ਮਹਾਰਾ ਛੱਡਣ ਲੱਗੇ ਝਾਗ ਆਵਦੀ ਤੇ ਆ ਦੇਖੋ ਤੁਸੀਂ ਆਪਾਂ ਪਾਤੀ ਲਸਣ ਲਸਣ ਕੱਟ ਕੇ ਤੇ ਆਪਾਂ ਕੌਲੀ ਚ ਪਾ ਰੱਖੀ ਸੀਗੀ ਜੀ ਉਹ ਲਸਣ ਆਪਾਂ ਇਹਦੇ ਵਿੱਚ ਪਾਤੀ ਤੇ ਹੁਣ ਇਹ ਥੋੜੀ ਜੀ ਲਸਣ ਹੋ ਜੂਗੀ ਗਰਮ ਜਦੋਂ ਥੋੜਾ ਜਿਹਾ ਮਤਲਬ ਕਿ ਇਹਦਾ ਉਹ ਖੁਸ਼ਬੂ ਜੀ ਉਹ ਹੋਣ ਲੱਗੀ ਹੈ ਨਾ ਘੋੜੇ ਦੇ ਵਿੱਚ ਚਲੀ ਗਈ ਤਾਂ ਉਸ ਤੋਂ ਬਾਅਦ ਆਪਾਂ ਜਿਹੜਾ ਕੁਝ ਪਾਵਾਂਗੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਪਾਲਕ ਵੀ ਪਾਵਾਂਗੇ ਸਾਰਾ ਕੁਝ ਆਪਾਂ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਿਓ ਵੀ ਆਪਾਂ ਭੁਰਜੀ ਦੇ ਵਿੱਚ ਪਾਣੀ ਨਹੀਂ ਪਾਉਣਾ ਮਸਾਲੇ ਦੇ ਵਿੱਚ ਪਾਣੀ ਨਹੀਂ ਪਾਉਣਾ ਪਾਣੀ ਤਾਂ ਕਦੇ ਵੀ ਨਾ ਤੁਸੀਂ ਮੇਥਿਆਂ ਦੀ ਆਲੂ ਮੇਥਿਆਂ ਦੀ ਭੁਰਜੀ ਦੇ ਵਿੱਚ ਪਾਇਆ ਕਰੋ ਅੱਜ ਮੈਂ ਤੁਹਾਨੂੰ ਬਿਨਾ ਪਾਣੀ ਤੋਂ ਹੀ ਬਣਾ ਕਿਉਂਕਿ ਪਾਣੀ ਆਇਆ ਨਹੀਂ ਵੀ ਤਰੀ ਬਣਾਉਣੀ ਕਿਤੇ ਕਹਿ ਦੋ ਵੀ ਮੈਡਮ ਵੀ ਕਮਲੀ ਹੋਗੀ ਵੀ ਤਰੀ ਤਾਂ ਨਹੀਂ ਬੰਦੀ ਮੇਰੇ ਕਹਿਣ ਦਾ ਮਤਲਬ ਵੀ ਆਪਾਂ ਮਾੜਾ ਮੋਟਾ ਪਾ ਲੈਣੇ ਆ ਨਾ ਵੀ ਮਸਾਲਾ ਨਾ ਥੱਲੇ ਲੱਗੇ ਉਹਦੀ ਗੱਲ ਕਰਦੀ ਆਹ ਲੋ ਜੀ ਪਿਆਜ਼ ਪਾ ਲੇ ਤੇ ਆਪਾਂ ਉਧਰੋਂ ਆਲੂ ਵੀ ਆਲੂ ਕਹਤਾ ਆਲੂ ਹੀ ਯਾਦ ਆਉਂਦੇ ਨੇ ਆਲੂ ਨਹੀਂ ਟਮਾਟਰ ਟਮਾਟਰਾਂ ਨੂੰ ਵੀ ਕੱਟ ਵੱਢ ਲੈਣਾ ਹੈਗਾ ਤੇ ਨਾਲ ਹੀ ਇਹਨਾਂ ਨੂੰ ਰਾੜਾ ਲਵਾ ਦੇਣਾ ਹੈਗਾ ਹੁਣ ਨਾਲ-ਨਾਲ ਲਗਦੇ ਹੱਥ ਮੈਂ ਕਿਹਾ ਚਲੋ ਆਲੂ ਤੇ ਨਾਲ ਆ ਸੌਰੀ ਟਮਾਟਰ ਵੀ ਵੱਡੋ ਨਾਲ-ਨਾਲ ਹੁਣ ਆਪਾਂ ਪਿਆਜ਼ ਇਹਦੇ ਵਿੱਚ ਪਾ ਲੇ ਜੀ ਹੁਣ ਅੱਗੇ ਆਪਾਂ ਕੀ ਚੀਜ਼ ਪਾਉਣੀ ਆ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਣੀ ਆ ਤੁਸੀਂ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਮੈਨੂੰ ਐ ਵੀ ਦੱਸ ਦਿਆ ਕਰੋ ਵੀ ਮੇਰੇ ਕਿੱਥੋਂ ਕਿੱਥੋਂ ਮੇਰੀਆਂ ਭੈਣਾਂ ਮੇਰੇ ਵੀਰ ਦੇਖੀ ਜਾਂਦੇ ਮੈਨੂੰ ਫਿਰ ਬਹੁਤ ਆਏ ਹੁੰਦਾ ਵੀ ਮੇਰੀ ਵੀਡੀਓ ਦੇਖ ਕੇ ਕਹਿੰਦੇ ਹੋਣਗੇ ਵੀ ਆਹ ਭੈਣ ਜੀ ਨੇ ਆਹ ਬਣਾ ਲਿਆ ਤੇ ਆਹ ਆਪਣੀ ਮੈਡਮ ਨੇ ਆਹ ਬਣਾ ਲਿਆ ਤੇ ਚਲੋ ਮੇਰਾ ਜੀ ਲੱਗਿਆ ਰਹਿੰਦਾ ਤੁਹਾਡੀਆਂ ਗੱਲਾਂ ਹੁੰਦੀਆਂ ਨੇ ਮੇਰਾ ਨਾਲ-ਨਾਲ ਜੀ ਲੱਗਿਆ ਰਹਿੰਦਾ ਆਹ ਲੋ ਜੀ ਚੱਕੋ ਤੇ ਆਲੂ ਵੀ ਕਾਹਤੋਂ ਪਿੱਛੇ ਛੱਡਣੇ ਆਲੂ ਵੀ ਵਿੱਚ ਹੀ ਪਾ ਦਿਓ ਇਹਦੇ ਆਲੂ ਆਪਾਂ ਪਛਾਹ ਨਹੀਂ ਛੱਡਣੇ ਐਵੇਂ ਰੁਸਦੇ ਫਿਰਨਗੇ ਹਨਾ ਧੋ ਲੈ ਆਲੂ ਤੇ ਆਪਾਂ ਇਹ ਵਿੱਚ ਪਾ ਲੈ ਲਾਲ-ਲਾਲੂ ਹੀ ਲਿਆਇਆ ਕਰੋ ਲਾਲ ਵਧੀਆ ਕਰਾਰੇ ਬਣਦੇ ਆ ਚਿੱਟੇ ਤਾਂ ਹੋਰ ਹੀ ਬਣ ਜਾਂਦੇ ਨੇ ਜਿਵੇਂ ਸ਼ਕਰਗੰਦੀਆਂ ਵੀ ਹਜੇ ਵਿਚਾਰੀਆਂ ਵਾਵਾ ਲਾਜ ਜੀ ਰੱਖ ਦਿੰਦੀਆਂ ਮਿੱਠੀਆਂ ਹੁੰਦੀਆਂ ਤਾਂ ਜਮੇ ਹੀ ਪਿੱਕਾ ਕੰਮ ਹੁੰਦਾ ਇਹਨਾਂ ਦਾ ਤਾਂ ਆਹ ਲੋ ਜੀ ਆਪਾਂ ਚੱਕੇ ਥੋੜਾ ਥੋੜਾ ਸੇਕ ਲਵਾਇਆ ਇਹਨਾਂ ਨੂੰ ਤੇ ਆਪਾਂ ਹੁਣ ਕੀ ਕਰਨਾ ਹੈਗਾ ਇਹਦੇ ਵਿੱਚ ਜਿਹੜਾ ਮਸਾਲਾ ਪਾਉਣਾ ਉਹ ਵੀ ਤੁਹਾਨੂੰ ਦੱਸਾਂਗੇ ਆਹ ਲੋ ਜੀ ਇਹ ਨਾ ਜਦੋਂ ਭੁੱਜਣ ਲੱਗ ਜਾਂਦੇ ਆ ਫਿਰ ਇਹ ਤੇਲ ਛੱਡ ਦਿੰਦੇ ਨੇ ਆ ਸਾਰਾ ਸਮਾਨ ਜਨ ਤੇਲ ਛੱਡ ਦ ਤੇ ਆਹ ਲੋ ਜੀ ਹੁਣ ਆਪਣਾ ਹਜੇ ਖਲਾਰਾ ਰਸੋਈ ਚ ਵੀ ਪਿਆ ਹਜੇ ਸਮਾਰਾ ਸਮਾਰੀ ਕਰਨ ਵਾਲੀ ਪਈ ਹੈਗੀ ਐ ਤੇ ਲੋ ਜੀ ਤੁਸੀਂ ਹੁਣ ਇਹਨਾਂ ਨੂੰ ਮੜਾ ਜਾਂ ਸੇਕ ਲਵਾ ਕੇ ਭੁੰਨ ਲੋ ਹਨਾ ਭੁੰਨੇ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਨਮਕ ਮਿਰਚ ਮੇਥੇ ਤੇ ਉਹ ਜਿਹੜੇ ਪਾਲਕ ਆਪਾਂ ਕੱਟਿਆ ਨਾ ਉਹਦੀ ਤਾਂ ਹਜੇ ਬਾਈ ਤਾਂ ਹੀ ਹੈ ਨਹੀਂਗੀ ਉਹਦੀ ਵੀ ਵਾਰੀ ਆਊਗੀ ਆਹ ਲੋ ਜੀ ਨਮਕ ਪਾਤਾ ਆਪਾਂ ਹੁਣ ਆਪਾਂ ਪਾ ਦੇਣੀ ਹੈ ਜੀ ਇਹਦੇ ਵਿੱਚ ਹਲਦੀ ਜਿਹੜੀ ਕੀ ਐਂਟੀਬਾਇਟਿਕ ਹੁੰਦਾ ਸਰੀਰ ਦਾ ਇਹ ਵੀ ਜ਼ਰੂਰੀ ਆ ਨਹੀਂ ਤਾਂ ਇਹਦੇ ਬਿਨਾ ਤਾਂ ਹੋਰ ਹੀ ਚਿੱਟੀ-ਚਿੱਟੀ ਸਬਜ਼ੀ ਲੱਗੀ ਜਾਂਦੀ ਆ ਨਾ ਇੱਕ ਦਿਨ ਮੈਂ ਹਲਦੀ ਪਾਉਣੀ ਭੁੱਲ ਗਈ ਮੈਂ ਕਰੀ ਜਾਵਾਂ ਇਹ ਚਿੱਟੀ ਜੀ ਕਿਉਂ ਐ ਜਿਆਦੀ ਨਾ ਵੀ ਹਲਦੀ ਨਹੀਂ ਪਾਈ ਫਿਰ ਮੱਖਮਾ ਨਾ ਪਾ ਦੇ ਰੰਗ ਫਟਾਫਟ ਚੱਕ ਕੇ ਜਿੱਥੇ ਇੱਕ ਚਮਚਾ ਪਾਉਣਾ ਡੇਢ ਪਾ ਦੇ ਰੰਗ ਬਣਾ ਦੇਦਾ ਆਹ ਲੋ ਜੀ ਦੋ ਚਮਚੇ ਆਪਾਂ ਮਿਰਚਾਂ ਦੇ ਪਾਤੇ ਤੇ ਹੁਣ ਆਪਾਂ ਪਾ ਦੇਣਾ ਜੀ ਮਸਾਲਾ ਜਿਹੜਾ ਆਪਾਂ ਘਰੇ ਰਗੜ ਕੇ ਤਿਆਰ ਕੀਤਾ ਹੈ ਤੁਹਾਨੂੰ ਵੀ ਮੈਂ ਹੀ ਕਹੂੰਗੀ ਵੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ ਜੀ ਆਪਣਾ ਮਸਾਲਾ ਦੀ ਵੀਡੀਓ ਪਾਈ ਵੀ ਹੈ ਤੁਸੀਂ ਓਵੇਂ ਮਸਾਲਾ ਘਰੇ ਤਿਆਰ ਕਰੋ ਤੇ ਠੰਡ ਠੰਡ ਮौज ਮਾਰੋ ਮੈਂ ਕਹ ਰਹੀਆਂ ਨਾ ਕੋਈ ਗਿੱਟਾ ਨਾ ਗੋਡਾ ਕੁਝ ਨਹੀਂ ਦੁਖਦਾ ਇਹਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਠੀਕ ਹੈ ਜੀ ਤੇ ਹੁਣ ਆਪਾਂ ਕੀ ਕੀਤਾ ਜੀ ਆਲੂਆਂ ਦੇ ਨਾਲ ਵਿੱਚ ਇਹ ਨੌਣ ਮਿਰਚ ਸਾਰਾ ਕੁਝ ਜਿਹੜਾ ਕਰਨਾ ਸੀ ਇਕੱਠਾ ਕਰਤਾ ਤੇ ਇਕੱਠਾ ਕਰਕੇ ਤੇ ਆਪਾਂ ਹੁਣ ਇਹਦੇ ਵਿੱਚ ਕੀ ਪਾਉਣਾ ਜੀ ਲਾਸਟ ਦੇ ਵਿੱਚ ਪਾਣੀ ਨਹੀਂ ਦਿਖਾਉਣਾ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਨੀ ਹਾਂ ਬਿਨਾ ਪਾਣੀ ਤੋਂ ਪੁਰਜੀ ਬਣਾਇਆ ਕਰੋ ਕਿਉਂਕਿ ਜਦੋਂ ਇਹ ਕਈ ਭੈੜਾ ਬਣਾਉਂਦੀਆਂ ਵੀ ਹੁਣ ਆਏ ਨਾ ਕਹਦੇ ਵੀ ਆਂਟੀ ਅਸੀਂ ਤਾਂ ਆਪਾਂ ਹੀ ਬਣਾਉਣੀ ਆ ਹਨਾ ਮੈਨੂੰ ਕਈ ਕਮੈਂਟ ਕਰਨ ਲੱਗ ਵੀ ਜਾਂਦੀਆਂ ਵਿਚਾਰੀਆਂ ਹਜੇ ਉਹ ਨਿਆਣੀਆਂ ਨੇ ਨਾ ਉਹਨਾਂ ਨੂੰ ਪਤਾ ਨਹੀਂ ਹੈਗਾ ਜਿਹੜੇ ਬਾਲਗਾਂ ਬੱਚੀਆਂ ਹੁੰਦੀਆਂ ਨਾ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੀ ਗੱਲ ਕਿਵੇਂ ਕਰਨੀ ਆ ਹਨਾ ਕਈ ਵੀਰ ਵੀ ਛੋਟੇ ਹੁੰਦੇ ਨੇ ਆਪਣੇ ਬੱਚਿਆਂ ਵਰਗੇ ਨਿਆਣੇ ਉਹ ਵੀ ਕਰ ਦਿੰਦੇ ਨੇ ਕਈ ਵਾਰੀ ਗਲਤ ਕਮੈਂਟ ਚਲੋ ਕੋਈ ਨਹੀਂ ਬੱਚੇ ਆ ਨਾ ਫਿਰ ਨਿਆਣੇ ਇਹਨਾਂ ਨੂੰ ਨਹੀਂ ਪਤਾ ਇਨੀਆਂ ਚੀਜ਼ਾਂ ਦਾ ਹੁੰਦਾ ਆ ਦੇਖੋ ਜੀ ਤੁਸੀਂ ਆਪਾਂ ਹੁਣ ਇਹ ਪਿਆਜ਼ ਤੇ ਆਲੂ ਭੁੰਨ ਲਏ ਤੇ ਆਪਾਂ ਸਾਰਾ ਕੁਝ ਕਰ ਲਿਆ ਇਕੱਠਾ ਤੇ ਇਹਨੇ ਛੜਤਾ ਜੀ ਤੇਲ ਦੇਖੋ ਤੁਸੀਂ ਕਿੱਡਾ ਸੋਹਣਾ ਹਨਾ ਤੇ ਐਂ ਜੀ ਕਰਦਾ ਵੀ ਕੱਲੀ ਆਲੂਆਂ ਦੀ ਰੱਖ ਲਈ ਤੇ ਸਬਜੀ ਤੇ ਨਾਲ ਲਾ ਲਈਏ ਪਰੌਂਠੇ ਹੁਣ ਆ ਗਈ ਜੀ ਆਪਣੀ ਪੁਰਜੀ ਦੀ ਵਾਰੀ ਜਿਹੜੀ ਆਪਾਂ ਕੱਟ ਕੇ ਰੱਖੀ ਐ ਮੇਥੇ ਤੇ ਪਾਲਕ ਦੀ ਵਾਰੀ ਹਨਾ ਹੁਣ ਆਪਾਂ ਮੇਥੇ ਤੇ ਪਾਲਕ ਇਹਦੇ ਵਿੱਚ ਪਾ ਦਨੇ ਮੇਥੇ ਤੇ ਪਾਲਕ ਪਾਉਣ ਦਾ ਕੀ ਐ ਜੀ ਜਿਹੜਾ ਪਾਲਕ ਦਾ ਪਾਣੀ ਹਨਾ ਉਹ ਇਹਨੂੰ ਪੁਰਜੀ ਨੂੰ ਤਿਆਰ ਕਰ ਲੰਦਾ ਹੈਗਾ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਆਪਾਂ ਕੱਲੀ ਮੇਥੀ ਪਾਉਣੇ ਆ ਨਾ ਆਲੂ ਪਾਉਣੇ ਤਾਂ ਫਿਰ ਆਲੂ ਕੱਚੇ ਰਹਿ ਜਾਂਦੇ ਨੇ ਮੇਥੀ ਸੁੰਗਣ ਲੱਗ ਜਾਂਦੀ ਹੈ ਵਿੱਚ ਤੇ ਮੇਥੀ ਮੱਚਣ ਲੱਗ ਜਾਂਦੀ ਹੈ ਤੇ ਫਿਰ ਇਹ ਸਾਰਾ ਸਮਾਨ ਨਾ ਬਿਨਾ ਪਾਣੀ ਤੋਂ ਮੱਚ ਜਾਂਦਾ ਹੁਣ ਜਿਹੜਾ ਪਾਲਕ ਦਾ ਪਾਣੀ ਆ ਨਾ ਨਾਲੇ ਤਾਂ ਪਾਲਕ ਦਾ ਟੇਸਟ ਅਲੱਗ ਹੋਊਗਾ ਵਿੱਚ ਇਹਦੇ ਹਨਾ ਸਵਾਦ ਲੱਗੂਗੀ ਨਾਲੇ ਜਿਹੜਾ ਪਾਲਕ ਦਾ ਪਾਣੀ ਆ ਨਾ ਉਹਨੇ ਮੇਥੇ ਰੇ ਨ ਲੈਣੇ ਨੇ ਤੇ ਆਲੂ ਰੇ ਨ ਲੈਣੇ ਨੇ ਆਪਦੇ ਪਾਣੀ ਦੇ ਵਿੱਚ ਹੀ ਰੱਜ ਜਾਣਾ ਜੀ ਉਹਦੇ ਵਿੱਚ ਹੀ ਆਹ ਦੇਖੋ ਤੁਸੀਂ ਹੁਣ ਆਪਾਂ ਇਹ ਸਾਰਾ ਕੁਝ ਪਾਤਾ ਤੇ ਨਾਲ-ਨਾਲ ਆਪਾਂ ਘਾਣੀਆਂ ਵੀ ਪਾ ਲਈਆਂ ਤੇ ਨਾਲ ਮੈਂ ਤੁਹਾਡੇ ਨਾਲ ਚਾਰ ਗੱਲਾਂ ਵੀ ਸਾਂਝੀਆਂ ਕਰ ਲੈਣੀਆਂ ਐਨੇ ਨਾਲ ਮੈਨੂੰ ਐ ਹੋ ਜਾਂਦਾ ਵੀ ਮੈਂ ਸਾਰਿਆਂ ਨੂੰ ਮਿਲ ਲਈ ਮੈਨੂੰ ਤਾਂ ਮਿਲਣ ਬਰੋਬਰ ਹੋ ਜਾਂਦਾ ਜੀ ਜਦੋਂ ਤੁਹਾਡੇ ਨਾਲ ਗੱਲਾਂ ਕਰ ਲੀਆਂ ਹੁਣ ਜਦੋਂ ਤੁਸੀਂ ਮੇਰੀਆਂ ਸੁਣੋਗੇ ਮੈਨੂੰ ਐ ਹੀ ਲੱਗੂਗਾ ਵੀ ਮੈਂ ਹਾਂ ਫਲਾਣੀ ਜਗ੍ਹਾ ਤੇ ਵੀ ਮੈਂ ਹੈਗੀ ਆ ਤੇ ਉਸ ਜਗ੍ਹਾ ਤੇ ਵੀ ਵੇ ਹੈਗੀ ਆ ਮੈਨੂੰ ਪਲੀਜ਼ ਦੱਸਿਆ ਜਰੂਰ ਕਰੋ ਤੁਸੀਂ ਵੀ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੁਸੀਂ ਹਨਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਵੀ ਲੈ ਅੱਜ ਮੇਰੀਆਂ ਗੱਲਾਂ ਉੱਥੇ ਤਾਂ ਗਈਆਂ ਹਨਾ ਉੱਥੇ ਤਾਂ ਉਹਨਾਂ ਨਾਲ ਤਾਂ ਭੈਣ ਭਰਾਵਾਂ ਨਾਲ ਮੇਰੀਆਂ ਗੱਲਾਂ ਹੋ ਗਈਆਂ ਸਾਂਝੀਆਂ ਤੇ ਆਪਣੇ YouTube ਤੇ ਤੁਸੀਂ ਵੱਧ ਤੋਂ ਵੱਧ ਮਤਲਬ ਕਿ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਜਿਹੜੀਆਂ ਬਜ਼ੁਰਗ ਮਾਤਾ ਨੇ ਹਨਾ ਭੈਣਾਂ ਨੇ ਉਹ ਦੇਖ ਲੈਂਦੀਆਂ ਕਿਉਂਕਿ ਉਹਨਾਂ ਨੂੰ Facebook ਨਹੀਂ ਚਲਾਉਣੀ ਆਉਂਦੀ ਤਾਂ ਫਿਰ ਉਹ ਇਸ ਚੀਜ਼ ਨੂੰ ਦੇਖ ਲੈਂਦੀਆਂ ਨੇ YouTube ਤੇ ਹਨਾ ਤੇ 8 8:30 ਵਜੇ 8:30 ਵਜੇ ਆਪਾਂ ਕਈ ਵਾਰ 8:00 ਵਜੇ ਵੀ ਲਾਈਵ ਹੋ ਜਾਈਦਾ ਨਿਗਾ ਰੱਖਿਆ ਕਰੋ ਨਹੀਂ ਤਾਂ 8:30 ਤੋਂ 9:00 ਵਜੇ ਦਾ ਟਾਈਮ ਹੈ ਜੀ ਆਪਣਾ YouTube ਤੇ ਲਾਈਵ ਹੋਣ ਦਾ ਤੇ ਤੁਸੀਂ ਆਪਣੇ YouTube ਤੇ ਲਾਈਵ ਆਇਆ ਕਰੋ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਆਯੁਰਵੈਦਿਕ ਆਪਣਾ ਦਵਾਈਖਾਨਾ ਹੈ ਹਰੇਕ ਤਰ੍ਹਾਂ ਦੀ ਦਵਾਈ ਆਪਣੇ ਆਯੁਰਵੈਦਿਕ ਦਵਾਈਖਾਨੇ 'ਚ ਤਿਆਰ ਹੁੰਦੀ ਹੈ ਅਗਰ ਕਿਸੇ ਨੂੰ ਵੀ ਵੀਰ ਨੂੰ ਭਰਾ ਨੂੰ ਕਿਸੇ ਭੈਣ ਨੂੰ ਜ਼ਰੂਰਤ ਹੋਵੇ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਮੇਰਾ ਉੱਪਰ ਚੱਲ ਰਿਹਾ ਹੁੰਦਾ ਜੀ Health Herbal 213 ਮੇਰਾ ਪੇਜ ਹੈ ਤੇ ਨੰਬਰ ਮੇਰਾ 86199 74463 ਮੇਰਾ ਨੰਬਰ ਹੈ ਜੀ ਠੀਕ ਹੈ ਜੀ ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਮੈਂ ਇਹ ਸਪੈਸ਼ਲ ਪਾਉਣੀ ਹੁੰਨੀ ਹੈ ਹਰ ਇੱਕ ਵੀਡੀਓ ਦੇ ਵਿੱਚ ਤਾਂ ਕਿ ਕਿਸੇ ਨੇ ਭੈਣ ਨੇ ਵੀਰ ਨੇ ਕਿਸੇ ਨੇ ਗੱਲ ਕਰਨੀ ਹੈ ਤਾਂ ਉਹ ਕਰ ਸਕਦੇ ਨੇ ਠੀਕ ਹੈ ਜੀ ਜਿਹੜਾ ਕਾਲੇ ਵਾਲਾ ਆਲਾ ਤੇਲ ਆਪਣਾ ਜਾਂਦਾ ਜੀ ਸਾਰੇ ਹਨਾ ਵਾਲ ਕਾਲੇ ਹੁੰਦੇ ਨੇ ਬਹੁਤ ਅੱਛਾ ਰਿਜ਼ਲਟ ਹੈ ਜੀ ਤੁਸੀਂ ਵੀ ਅਗਰ ਘਰੇ ਬੈਠੇ ਨੇ ਮੰਗਵਾਉਣਾ ਹੋਵੇ ਤਾਂ ਤੁਸੀਂ ਆਰਡਰ ਕਰ ਸਕਦੇ ਹੋ ਜੀ ਚਿੱਟੇ ਵਾਲ ਆਏ ਵੀ ਉਹਦੇ ਨਾਲ ਕਾਲੇ ਹੋ ਜਾਂਦੇ ਜੀ ਕੁਝ ਸਮਾਂ ਪਾ ਕੇ ਤੇ ਆਹ ਦੇਖੋ ਜੀ ਆਪਣੀ ਭੁਰਜੀ ਗਈ ਬਣ ਤਿਆਰ ਹੋ ਗਈ ਭੁਰਜੀ ਆਪਣੀ ਆ ਦੇਖੋ ਤੁਸੀਂ ਹੁਣ ਇਹਨੂੰ ਫੇਰ ਸੇਕ ਦਵਾ ਦੇਣਾ ਥੋੜਾ ਜਿਹਾ ਇਹਦਾ ਕੱਚ ਰਹਿੰਦਾ ਸੀਗਾ ਹੁਣ ਇਹਨੇ ਕੀ ਕੀਤਾ ਜੀ ਘਿਓ ਛੱਡਤਾ ਸਾਰਾ ਆ ਦੇਖੋ ਤੁਸੀਂ ਬਿਨਾ ਪਾਣੀ ਤੋਂ ਕੱਲੇ ਸਿਰਫ ਪਾਲਕ ਦੇ ਪਾਣੀ ਨਾਲ ਤਿਆਰ ਹੋਈ ਆ ਹੁਣ ਆਪਾਂ ਪਰੌਂਠੇ ਬਣਾਵਾਂਗੇ ਤੇ ਇਹਦੇ ਨਾਲ ਹੁਣ ਖਾਵਾਂਗੇ ਜੀ ਨਾਲ ਦਹੀਂ ਲੈ ਲਾਂਗੇ ਨਾਲ ਆਪਾਂ ਲੈ ਲਾਂਗੇ ਲੱਸੀ ਬਹੁਤ ਵਧੀਆ ਸਵਾਦ ਆਊਗਾ ਹਨਾ ਤੇ ਚੰਗੀਆਂ ਚੀਜ਼ਾਂ ਖਾਇਆ ਕਰੋ ਜੀ ਬਣਾਇਆ ਕਰੋ ਤੇ ਆਹ ਠੰਡ ਦੇ ਵਿੱਚ ਪਾਈ ਇਹ ਨਾ ਮਤਲਬ ਕਿ ਆਪਾਂ ਪਰੌਂਠਿਆਂ ਦੇ ਵਿੱਚ ਪਾ ਕੇ ਵੀ ਵਧੀਆ ਬਣਾ ਲੈਨੇ ਮੇਥੀ ਵਾਲੇ ਪਰੌਂਠੇ ਓਕੇ ਜੀ ਠੀਕ ਹੈ ਜੀ ਬਾਏ ਬਾਏ ਧੰਨਵਾਦ ਜੀ ਸਾਰਿਆਂ